ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਦੁਆਰਾ ਸਾਹਿਬ ਟਾਰਾ ਬੀਨਾ ਯੂਬਾ ਸਿਟੀ ਦੇ ਵਿੱਚ ਆਓ, ਕੁਛ ਸੰਗਤਾਂ ਦੇ ਨਾਲ, ਸਰੋਤਿਆਂ ਦੇ ਨਾਲ ਗੱਲਬਾਤ ਕਰਦੇ ਹਾਂ ਜੋ ਪੰਜਾਬੀ ਰੇਡੀਓ USA ਦੇ ਇਸ ਬੂਥ ਦੇ ਉੱਤੇ ਪਹੁੰਚੇ ਆ। ਸਵਾਗਤ ਹੈ ਜੀ, ਕੀ ਨਾਮ ਹੈ ਸਰ? ਮੇਰਾ ਨਾਂ ਜੀ ਗੁਰਮੀਤ ਸਿੰਘ ਰਾਏ ਜੀ। ਤੁਸੀਂ ਯੂਬਾ ਸਿਟੀ ਤੋਂ ਹੀ ਹੋ? ਹਾਂਜੀ, ਮੈਂ ਯੂਬਾ ਸਿਟੀ ਰਹਿੰਦਾ ਜੀ। ਸਰ ਮੇਰੇ ਗ੍ਰੈਂਡਫਾਦਰ ਵੀ 100 ਸਾਲ ਹੋ ਗਏ ਸੀ ਇੱਥੇ ਆਏ ਪਹਿਲਾਂ। ਠੀਕ ਹੈ। ਅਤੇ ਉਹਨਾਂ ਦਾ ਨਾਂ ਚੈਂਚਲ ਸਿੰਘ ਰਾਏ ਸੀ। ਠੀਕ ਹੈ। ਮੇਰੇ ਫਾਦਰ ਨਾਂ ਮੋਹਨ ਸਿੰਘ ਰਾਏ, ਤਾਂ ਜੀ ਦੇ ਨਾਂ ਸੋਹਣ ਸਿੰਘ ਪਹਿਲਵਾਨ BA। ਅਤੇ ਇੰਡੀਆ ਸਾਡਾ ਡਿਸਟ੍ਰਿਕਟ ਜਲੰਧਰ ਪਿੰਡ ਬੋਪਰ ਹੈ, ਗਰਾਇਆ ਦੇ ਨਾਲ ਆ। ਅੱਛਾ। ਹਾਂਜੀ ਹਾਂਜੀ। ਤੁਹਾਡਾ ਜੰਪਲ ਇੱਥੇ ਦਾ? ਨਹੀਂ, ਜੰਪਲ ਮੇਰਾ ਇੰਡੀਆ ਦਾ। ਤੁਹਾਨੂੰ ਕਿੰਨੇ ਵਰੇ ਹੋ ਗਏ ਇੱਥੇ ਰਹਿੰਦਿਆਂ ਨੂੰ? 45 ਈਅਰ। ਮੈਂ 78 'ਚ ਆਇਆ ਸੀ। ਠੀਕ ਹੈ। ਸੋ ਨਗਰ ਕੀਰਤਨ ਦੇ ਉੱਤੇ ਇੰਨਾ ਹੁਣ ਇਕੱਠ ਹੁੰਦਾ ਆ, ਸਾਰੀਆਂ ਸੰਗਤਾਂ ਦੂਰੋਂ ਨੇੜੇ ਪਹੁੰਚਦੀਆਂ, ਕਿੱਦਾਂ ਮਹਿਸੂਸ ਹੁੰਦਾ ਹੈ? ਮਹਿਸੂਸ ਤਾਂ ਨਹੀਂ, ਸਾਰਾ ਸਾਲ ਅਸੀਂ ਉਡੀਕਦੇ ਰਹਿੰਦੇ ਹਾਂ ਇੱਦਾਂ। ਜਦੋਂ ਲੋਕ ਆਉਂਦੇ ਆ, ਜਾਂਦੇ ਆ, ਇੱਕ ਦੂਜੇ ਨੂੰ ਮਿਲਦੇ ਹਾਂ, ਬਹੁਤ ਸੋਹਣਾ ਲੱਗਦਾ ਜਦੋਂ ਇਕੱਠੇ ਮੱਠੇ ਹੋ ਕੇ ਪੁਰਾਣੇ ਬੇਲੀ ਯਾਰ ਮਿਲਦੇ, ਕਲਾਸ ਫੈਲ ਮਿਲਦੇ, ਪੇਂਡੂ ਮਿਲਦੇ ਆ। ਠੀਕ ਹੈ। ਸੋ ਅਸੀਂ ਉਡੀਕਦੇ ਰਹੀਦਾ। ਅਤੇ ਖਾਸ ਕਰ ਤਾਂ ਮੈਂ ਮਸੂਦ ਮੱਲੀ ਜੀ ਨੂੰ ਵੇਟ ਕਰਦਾ ਸੀਗਾ ਵੀ ਮੈਂ ਸੈਚਰਡੇ ਦਾ ਤਾਂ ਆਉਣਾ, ਪਹਿਲੀ ਵਾਰੀ ਇਹਦੀ ਪੰਜਾਬੀ ਇੰਨੀ ਸੋਹਣੀ ਆ, ਅਤੇ ਮੇਰੀ ਅੱਧੀ ਦਿਹਾੜੀ ਨਿਕਲ ਜਾਂਦੀ ਆ ਇਹਨਾਂ ਦਾ ਪ੍ਰੋਗਰਾਮ ਸੁਣਦੇ। ਤੁਹਾਡਾ ਪ੍ਰੋਗਰਾਮ ਤੁਸੀਂ ਬਾਕੀ ਪ੍ਰੋਗਰਾਮ ਵੀ ਸੁਣਦੇ ਹੋ ਮਸੂਦ ਮੱਲੀ ਜੀ ਤੋਂ? ਕੀ ਨਾਮ ਹੈ ਮਾਤਾ ਜੀ ਤੁਹਾਡਾ? ਜਮਿੰਦਰ ਕੌਰ। ਠੀਕ ਹੈ। ਹਾਂਜੀ। ਕਿੱਦਾਂ ਕਿੱਦਾਂ ਲੱਗਦਾ ਤੁਹਾਨੂੰ ਪ੍ਰੋਗਰਾਮ, ਕਿੱਦਾਂ ਲੱਗਦੇ ਨੇ? ਵਧੀਆ ਲੱਗਦਾ, ਸਾਰਾ ਦਿਲ ਲੱਗਾ ਰਹਿੰਦਾ। ਇਕੱਲੇ ਹੋਈਏ ਕਿ ਮਹਿਸੂਸ ਨਹੀਂ ਹੁੰਦਾ ਨਾ ਇਕੱਲੇ ਆ, ਇਹਨਾਂ ਤੁਹਾਡੀਆਂ ਗੱਲਾਂ ਬਾਤਾਂ ਵੀ ਬਹੁਤ ਰਾਜ ਕਰਨੇ ਆ ਤੁਹਾਡੇ ਨਾਲ। ਹਾਂ, ਮੈਂ ਪਛਾਣ ਤੋਂ ਫੋਟੋ 'ਤੇ ਪਛਾਣ ਕੇ ਕਹਿ ਸਕਦੀ ਹਾਂ। ਇਹ ਆਪਣੇ ਮਕਸੂਦ ਮੱਲੀ ਹੁਣੀ ਆਏ ਆ, ਆਪਣੇ ਬਲਵਿੰਦਰ ਹੁਣੀ, ਆਪਣੇ ਬਲਵਿੰਦਰ ਕੌਰ ਆ, ਬਾਕੀ ਰਾਣੀ ਕਾਲੋ ਜੀ ਗੀਤ ਗੁੱਤ ਸੋਹਣੇ ਗਾ ਲੈਂਦੇ ਆ, ਉਹ ਸਾਡੇ ਸਾਰੇ ਪ੍ਰੋਗਰਾਮ ਬਹੁਤ ਵਧੀਆ ਆ, ਬਹੁਤ ਵਧੀਆ। ਤੁਹਾਨੂੰ ਜਿਹਨਾਂ ਨਗਰ ਕੀਰਤਨ ਜਦੋਂ ਇੱਦਾਂ ਆਉਂਦਾ, ਫਿਰ ਕਿੱਦਾਂ ਤੁਸੀਂ ਕਿੱਦਾਂ ਮਹਿਸੂਸ ਕਰਦੇ ਆ? ਉਡੀਕ ਰਹਿੰਦੀ ਆ ਹਰ ਸਾਲ? ਹਰ ਸਾਲ ਉਡੀਕਦੀ। ਉਹ ਕੱਲ੍ਹ ਦੇ ਅਸੀਂ ਦੇਖਦੇ ਵੀ USA ਵਾਲਾ ਪਤਾ ਨਹੀਂ ਕਿੱਧਰ ਲਾਇਆ। ਹਾਂਜੀ, ਉੱਧਰ ਜੱਸ ਵਾਲਿਆਂ ਦਾ ਦੇਖਿਆ, ਮੈਂ ਉੱਧਰ ਦੇਖਿਆ, ਤੁਹਾਡਾ ਨਹੀਂ ਸੀ ਲੱਗਾ ਹੈ ਨਾ? ਅਸੀਂ ਹਮੇਸ਼ਾ ਹਰ ਸਾਲ ਇੱਥੇ ਹੀ ਹੁੰਦੇ ਆ। ਹਾਂਜੀ, ਤੇ ਹੁਣ ਮੈਂ ਕਿਹਾ ਤਾਂ ਲੱਗ ਗਈ ਆ। ਹਾਂਜੀ, ਬਹੁਤ ਵਧੀਆ ਲੱਗਦਾ, ਹਰ ਟਾਈਮ ਹਰ ਸਾਲ ਤੁਹਾਨੂੰ ਉਡੀਕਦੇ ਹਾਂ, ਬਹੁਤ ਚੰਗਾ ਲੱਗਦਾ ਆ, ਹੈ ਨਾ? ਗੱਲਬਾਤ ਸੋਹਣਾ ਲੱਗਦਾ। ਮਾਤਾ ਜੀ, ਵੀਰ ਜੀ, ਤੁਸੀਂ ਦੱਸਿਓ ਵੀ ਕਿਸ ਤਰੀਕੇ ਦੇ ਨਾਲ ਤੁਸੀਂ ਇੰਨੇ ਵਰਿਆਂ ਤੋਂ ਚੇਂਜ ਹੁੰਦੇ ਦੇਖਿਆ ਆ ਨਗਰ ਕੀਰਤਨ ਸ਼ੁਰੂਆਤ ਤੋਂ ਲੈ ਕੇ ਹੁਣ ਅੱਜ 2023 ਤੱਕ, ਕਿੰਨਾ ਚੇਂਜ ਤੁਸੀਂ ਦੇਖਿਆ? ਮੈਂ ਜਦੋਂ ਆਇਆ ਪਹਿਲੇ ਸਾਲ 78 ਦੀ ਯਾਦ ਕਰ ਲਿਆ, ਉਦੋਂ ਸਟਾਰਟ ਹੋਇਆ ਸੀ। ਠੀਕ ਹੈ। ਉਦੋਂ ਪੁਰਾਣੇ ਬਜ਼ੁਰਗ ਸਾਡੇ, ਮੇਰੇ ਤਾਂ ਗੁਆਂਢੀ ਵੀ ਸੀ ਦਰਦਾਰ ਸਿੰਘ ਬੈਂਸ ਹੋਣੀ ਜੀ, ਉਦੋਂ ਉਹਨੇ ਸਟਾਰਟ ਸ਼ੁਰੂ, ਉਹਨੂੰ ਬਾਕੀ ਬਹੁਤ ਪੁਰਾਣੇ ਬੰਦੇ ਸੀ ਜਿਹਨੇ ਸਟਾਰਟ ਕੀਤਾ ਹੌਲੀ ਹੌਲੀ। ਪਹਿਲਾਂ ਲੋਕ ਕਹਿੰਦੇ ਸੀ ਇਹ ਕੀ ਹੋਣ, ਪਰ ਹੁਣ ਤਾਂ ਇੰਨੇ ਗੋਰੇ ਵੀ ਹੋਰ ਵੀ ਲਾਈਕ ਕਰਦੇ ਆ, ਵੇਟ ਕਰਦੇ ਰਹਿੰਦੇ ਆ, ਤਰ੍ਹਾਂ ਤਰ੍ਹਾਂ ਦੇ ਖਾਣਾ ਪੀਣਾ ਔਰ ਮਿਲਣਾ ਕਰਨਾ ਖਾਸ ਕਰ, ਅਤੇ ਬਹੁਤ ਸੋਹਣਾ ਵਧੀਆ ਲੱਗਦਾ। ਹਾਂਜੀ, ਵਧੀਆ ਲੱਗਦਾ। ਹਾਂਜੀ, ਸੋ ਬਹੁਤ ਸੋਹਣਾ ਜੀ। ਸੋ ਇਹਨਾਂ ਨੇ ਦੱਸਿਆ ਵੀ ਇੰਨੇ ਸਾਲਾਂ ਤੋਂ ਇੰਤਜ਼ਾਰ 'ਚ, ਅਤੇ ਹਰ ਸਾਲ ਇਹ ਇੰਤਜ਼ਾਰ ਹੁੰਦਾ ਆ, ਇੱਕ ਸਾਲ ਸਾਲ ਦਾ ਇੰਤਜ਼ਾਰ ਹੁੰਦਾ ਵੀ ਇਹ ਦੁਬਾਰਾ ਸਮਾਗਮ ਆਉਣ ਅਤੇ ਸਾਰਿਆਂ ਨੂੰ ਮਿਲੀਏ, ਗੁਰੂ ਘਰ ਦੇ ਦਰਸ਼ਨ ਕਰੀਏ, ਸੰਗਤਾਂ ਦੇ ਦਰਸ਼ਨ ਕਰੀਏ। ਇੰਨੀਆਂ ਗੱਲਾਂ ਦੇ ਨਾਲ ਸਮਾਪਤੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬੀ ਰੇਡੀਓ USA ਆਪ ਸਭ ਨੂੰ ਬਹੁਤ ਨਿੱਘਾ ਜਿਹਾ ਸਵਾਗਤ ਕਰਦਾ ਇੱਕ ਵਾਰ ਫਿਰ ਯੂਨੀਵਰਸਿਟੀ ਗੁਰਦੂ ਘਰ ਦੇ ਵਿੱਚ। ਔਰ ਇਸ ਵੇਲੇ ਸਾਡੇ ਬੂਥ 'ਤੇ ਖੁਸ਼ੀ ਔਰ ਚਾਅ ਉਦੋਂ ਵੱਧ ਜਾਂਦਾ ਹੈ ਜਦੋਂ ਸਾਡੇ ਸੁਣਨ ਵਾਲੇ ਸਰੋਤੇ, ਸਾਡੇ ਸੋਸ਼ਲ ਮੀਡੀਆ ਰਾਹੀਂ ਦੇਖਣ ਵਾਲੇ ਦਰਸ਼ਕ ਨੇ ਜਿਹੜੇ, ਉਹ ਆਪ ਆਉਂਦੇ ਨੇ, ਨਾਂ ਪੁੱਛਦੇ ਨੇ, ਪਛਾਣਦੇ ਨੇ, ਸਿਆਣਦੇ ਨੇ, ਔਰ ਫਿਰ ਆਪਣਾ ਡੁਲਵਾਂ ਪਿਆਰ ਹੈ ਜਿਹੜਾ ਉਹ ਦਿੰਦੇ ਨੇ। ਸੋ ਰੱਬ ਦੇ ਕਰਮ, ਰੱਬ ਦੇ ਕਰਮਾਂ ਦਾ ਇਹ ਵਰਦਾ ਹੋਇਆ ਮੀਂਹ ਹੈ ਜਿਹੜਾ, ਉਹਨੂੰ ਮਹਿਸੂਸ ਕਰਦੇ ਹਾਂ, ਜੋ ਨਿੱਘ ਪਿਆਰ ਹੈ ਉਹਨੂੰ ਮੈਂ ਸ਼ਾਇਦ ਸ਼ਬਦਾਂ 'ਚ ਬਿਆਨ ਨਾ ਕਰ ਸਕਾਂ। ਸੋ ਇਹੋ ਜਿਹੇ ਹੀ ਸਾਡੇ ਸਤਿਕਾਰਯੋਗ ਸਰੋਤੇ ਔਰ ਕੁਝ ਜੀ ਨੇ ਜਿਹੜੇ ਉਹ ਪੰਜਾਬੀ ਰੇਡੀਓ USA ਦੇ ਬੂਥ 'ਤੇ ਆਏ, ਇਹਨਾਂ ਨਾਲ ਗੱਲਬਾਤ ਕਰਨੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਨਾਂ ਦੱਸਣਾ? ਜਗਿੰਦਰ ਸਿੰਘ ਝਾਵਰ ਜੀ। ਜੀ, ਪਹਿਲਾਂ ਤਾਂ ਜੀ ਆਇਆਂ ਨੂੰ ਰਾਤ ਨੂੰ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ। ਤੁਹਾਨੂੰ ਵੀ ਜੀ ਬਹੁਤ। ਕੀ ਕਹੋਗੇ ਪੰਜਾਬੀ ਰੇਡੀਓ USA ਦੀਆਂ ਜਿਹੜੀਆਂ ਨਸ਼ਰੀਆਤੀ ਜਾਂ ਬ੍ਰੌਡਕਾਸਟ ਸੇਵਾਵਾਂ ਨੇ ਉਹਨਾਂ? ਬਹੁਤ ਵਧੀਆ ਸੇਵਾਵਾਂ ਤੁਹਾਡੀਆਂ, ਸ਼ਾਮ ਨੂੰ ਸਾਰੇ ਪ੍ਰੋਗਰਾਮ ਸੁਣੀਦੇ ਆ, ਬਹੁਤ ਪਤਾ ਲੱਗਦਾ ਵੀ ਦੁਨੀਆ 'ਤੇ ਕੀ ਹੋ ਰਿਹਾ, ਕਿਵੇਂ ਚੱਲ ਰਹੇ ਕੰਮ, ਬਹੁਤ ਵਧੀਆ ਆਉਂਦਾ, ਬਹੁਤ ਮਜ਼ਾ ਆਉਂਦਾ, ਬਹੁਤ ਪ੍ਰੋਗਰਾਮ ਵਧੀਆ ਤੁਹਾਡੇ। ਥੈਂਕ ਯੂ ਸੋ ਮਚ ਕਿ ਤੁਸੀਂ ਪੰਜਾਬੀ ਰੇਡੀਓ USA ਨੂੰ ਆਪਣਾ ਜਾਣਦੇ ਜੀ। ਹਾਂਜੀ ਹਾਂਜੀ, ਬਿਲਕੁਲ ਜੀ, ਥੈਂਕ ਯੂ। ਅੱਛਾ ਜੀ, ਸਤਿ ਸ਼੍ਰੀ ਅਕਾਲ ਭਾਈ। ਸਤਿ ਸ਼੍ਰੀ ਅਕਾਲ ਜੀ। ਪਹਿਲਾਂ ਤਾਂ ਨਾਂ ਦੱਸੋ ਆਪਣਾ। ਮੇਰਾ ਨਾਂ ਗੁਰਨਾਮ ਸਿੰਘ ਨਿਰਵਾਲ। ਹਾਂ ਨਿਰਵਾਲ ਜੀ, ਕੀ ਹਾਲ ਚਾਲ? ਅੱਜ ਠੀਕ ਆ ਜੀ, ਬਹੁਤ ਵਧੀਆ ਜੀ। ਕੈਸਾ ਲੱਗਾ ਇੱਥੇ ਆਪਣੇ ਜੀਆਂ 'ਚ ਆ ਕੇ ਪੰਜਾਬੀ ਰੇਡੀਓ USA ਦਾ? ਬਹੁਤ ਬਹੁਤ ਵਧੀਆ ਜੀ, ਅਸੀਂ ਤਾਂ ਦਿਨ ਰਾਤ, ਸਾਡਾ ਪੰਜਾਬੀ ਰੇਡੀਓ ਕਦੀ ਬੰਦ ਹੀ ਨਹੀਂ ਹੋਇਆ ਜੀ। ਓ ਥੈਂਕ ਯੂ ਸੋ ਮਚ। ਹਾਂਜੀ ਹਾਂਜੀ। ਅਤੇ ਕੋਈ ਪ੍ਰੋਗਰਾਮਾਂ ਬਾਰੇ ਤੁਹਾਡੇ ਜਿਹੜੇ ਵਿਚਾਰ ਹੈ ਨੇ, ਅਸੀਂ ਉਹ ਜਾਣਨਾ ਚਾਹਾਂਗੇ। ਐਕਚੁਲੀ ਅਸੀਂ ਜਿਸ ਤਰ੍ਹਾਂ ਵੀ ਤੁਹਾਡਾ ਮਸੂਦ ਮੱਲੀ ਸਾਹਿਬ ਦਾ ਅਤੇ ਆਪਣੇ ਮਿੰਟੂ ਗੁਰੂਸਰੀਆ ਹੋ ਗਏ, ਆਪਣੇ ਭਾਜੀ ਹੋਣਾ ਦਾ ਨਾਮ ਮੈਨੂੰ ਨਹੀਂ ਆਇਆ, ਰਾਜਕਰਨਵੀਰ, ਅਸੀਂ ਬਹੁਤ ਜ਼ਿਆਦਾ ਬਾਤ ਕਰੀ, ਤੁਹਾਨੂੰ ਬਹੁਤ ਬਾਤ ਕਰੀਦਾ ਜੀ। ਹਾਂਜੀ, ਕੱਲ੍ਹ ਹੀ ਮੇਰਾ ਦੋਸਤ ਸੀਗੇ, ਮਜ਼ਾਕ ਵਾਲੀ ਗੱਲ ਆ,
ਉਹ ਕਹਿੰਦੇ ਵੀ ਮਸੂਦ ਮੱਲੀ ਸਾਹਿਬ ਬਹੁਤ ਖੁਸ਼ ਰਹਿੰਦੇ ਆ, ਅਸੀਂ ਇਹਨਾਂ ਦੀ ਬੇਗਮ ਨੂੰ ਫੋਨ ਕਰਕੇ ਕਹਿਣਾ ਵੀ ਘਰ ਵੀ ਇੰਨੇ ਖੁਸ਼ ਰਹਿੰਦੇ ਆ, ਇੰਨੇ ਘਰੋਂ ਬਾਹਰ ਇਹਨਾਂ ਦਾ ਤਾਂ ਇਹਨਾਂ ਖੁਸ਼ ਰਹਿਣਾ, ਘਰ ਮੈਨੂੰ ਕਦੀ ਵੇਖਿਆ ਨਹੀਂ ਨਾ, ਘਰੋਂ ਬਾਹਰ ਜਦੋਂ ਰੇਡੀਓ ਤੇ ਮੈਂ ਇਕੱਲਾ ਹੁੰਦਾ ਔਰ ਕਿੰਨਾ ਖੁਸ਼ ਹੁੰਦਾ, ਹੁਣ ਅੰਦਾਜ਼ਾ ਬਾਕੀ ਆਪ ਹੀ ਕਰ ਲਓ ਸਹੀ ਆ ਜੀ। ਥੈਂਕ ਯੂ ਸੋ ਮਚ, ਇਹ ਜੈਨੂਇਨ ਫੀਡਬੈਕ ਇਹਨੂੰ ਕਹਿੰਦੇ ਨੇ, ਵੇਖ ਲਵੋ ਲੋਕ ਕਿੱਦਾਂ ਫੇਸ ਕਰਦੇ ਜੀ। ਸਤਿ ਸ਼੍ਰੀ ਅਕਾਲ ਜੀ, ਅੱਛਾ ਮੈਨੂੰ ਲੱਗਦਾ ਬੀਬੀ ਮੇਰੀ ਤੇ ਮੇਰੇ ਤੋਂ ਪਹਿਲਾਂ ਰੁੱਸੀ ਹੈ। ਸਤਿ ਸ਼੍ਰੀ ਅਕਾਲ ਬੀਬੀ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਆ? ਵਧੀਆ ਜੀ ਵਧੀਆ। ਨਾਂ ਕੀ ਆਪਣਾ? ਹਰਵੰਸ਼ ਕੌਰ ਝਾਵਰ। ਅੱਛਾ, ਤੇ ਤੁਸੀਂ ਰੇਡੀਓ ਸੁਣਦੇ ਜੇ ਤੇ ਕਿਹੜਾ ਕਿਹੜਾ ਕੁੜੀ ਮੁੰਡਾ ਜਿਹੜਾ ਉਹ ਤਾਂ ਉਹਦੀ ਆਵਾਜ਼ ਵਧੀਆ ਲੱਗਦੀ, ਉਹਦਾ ਬੋਲਣਾ ਵਧੀਆ ਲੱਗਦਾ, ਬਹੁਤ ਵਧੀਆ ਲੱਗਦੇ, ਵਧੀਆ ਵਧੀਆ ਦਿਆ ਕਰੋ। ਅਸੀਂ ਪੂਰੀ ਕੋਸ਼ਿਸ਼ ਕਰਨੇ ਆ। ਔਰ ਕੁਛ ਪੰਜਾਬੀ ਰੇਡੀਓ USA ਬਾਰੇ ਕਹਿਣਾ ਚਾਹੋ? ਵਧੀਆ ਵਧੀਆ ਆਵਾਜ਼ ਸੁਣਾਇਆ ਕਰੋ, ਮਹਾਰਾਜ ਦੀ ਬਾਣੀ, ਉਹ ਕੋਈ ਗੀਤ ਗੂਤ ਏਦਾਂ ਬੁੜੀਆਂ ਜਿਹੜੇ ਪੁਰਾਣੇ ਗੀਤ ਗਾਉਂਦੀਆਂ, ਹਾਂਜੀ ਉਹ ਅਸੀਂ ਪਸੰਦ ਕਰਦੇ ਹਾਂ। ਦੁਪਹਿਰ ਦੇ ਫਰਮਾਇਸ਼ੀ ਗੀਤਾਂ 'ਚ ਤੁਹਾਡੀਆਂ ਸਾਰੀਆਂ ਫਰਮਾਇਸ਼ਾਂ ਪੂਰੀਆਂ ਕਰਾਂਗੇ ਜੀ। ਠੀਕ ਠੀਕ ਹੈ ਜੀ, ਥੈਂਕ ਯੂ। ਇੱਧਰ ਆ ਜਾਓ ਜੀ ਤੁਸੀਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਔਰ ਪਹਿਲਾਂ ਤਾਂ ਆਪ ਜੀ ਨੂੰ ਪ੍ਰਕਾਸ਼ ਪੁਰਬ ਦੀਆਂ ਵਧਾਈਆਂ, ਨਾਂ ਦੱਸਣਾ? ਹਾਂਜੀ, ਮੇਰਾ ਨਾਮ ਕਮਲਜੀਤ ਕੌਰ ਝਾਵਰ ਆ। ਅੱਛਾ, ਤੇ ਤੁਸੀਂ ਕੀ ਕਰਦੇ ਜੀ? ਮੈਂ ਹਲੇ ਫ੍ਰੀ ਹਾਂ, ਆਪਾਂ ਹਲੇ ਨਵੇਂ ਹੀ ਆ। ਰੇਡੀਓ ਤੇ ਸੁਣਦੇ ਹੀ ਜੇ ਨਾ, ਇਦਾਂ ਕਹੋ ਕਿ ਮੈਂ ਕੁਛ ਨਹੀਂ ਕਰਦੀ, ਮੈਂ ਸਿਰਫ ਰੇਡੀਓ ਸੁਣਦੀ ਹਾਂ। ਸੁਣਦੀ ਹਾਂ, ਸਹੀ ਗੱਲ ਆ, ਤੁਹਾਡੇ ਸਾਰੇ ਪ੍ਰੋਗਰਾਮ ਦੇਖਦੇ ਹਾਂ, ਸੈਂਚੜੇ ਵਾਲਾ ਖਾਸ ਤੌਰ ਤੇ ਦੇਖਦੇ ਹਾਂ। ਉਹ ਧੰਨਵਾਦ ਹੈ ਆਪ ਜੀ ਦਾ। ਕੋਈ ਪੰਜਾਬੀ ਰੇਡੀਓ ਬਾਰੇ ਜੋ ਵਿਚਾਰ ਜੋ ਸੁਣਦੇ ਹੋਇਆ ਤੁਸੀਂ ਮਹਿਸੂਸ ਕੀਤਾ, ਉਹ ਸਾਡੇ ਨਾਲ ਜ਼ਰੂਰ ਸਾਂਝਾ ਕਰੋ। ਨਹੀਂ, ਤੁਹਾਡੇ ਸਾਰੇ ਪ੍ਰੋਗਰਾਮ ਵਧੀਆ ਹੁੰਦੇ ਆ ਤੇ ਸਭ ਵਧੀਆ ਹੁੰਦਾ ਆ। ਤੇ ਕਿੰਨਾ ਚਿਰ ਹੋਇਆ ਇੱਥੇ ਆਇਆ? ਸਾਨੂੰ 4 ਮਹੀਨੇ ਹੋਏ ਆ। ਕਿਹੋ ਜਿਹਾ ਲੱਗਾ ਅਮਰੀਕਾ? ਬਹੁਤ ਵਧੀਆ। ਪਹਿਲਾਂ ਵੀ ਆਉਣਾ ਹੋਇਆ ਸੀ? ਨਹੀਂ ਨਹੀਂ, ਫਸਟ ਟਾਈਮ ਹੀ ਆਇਆ। ਤੇ ਫਿਰ ਤੇ ਹੁਣ ਜਿਹਨੂੰ ਕਹਿੰਦੇ ਨੇ ਇੱਥੇ ਆ ਕੇ ਜੋ ਮੇਰੇ ਅੰਦਰ ਦੀਆਂ ਗੱਲਾਂ ਛਾਲਾਂ ਮਾਰ ਰਹੀਆਂ, ਮੈਂ ਨਹੀਂ ਕਰਨਾ ਚਾਹੁੰਦਾ, ਮੈਂ ਚਾਹੁੰਦਾ ਜੇ ਉਹੋ ਜਿਹੀਆਂ ਤੁਸੀਂ ਕਰ ਦਿਓ ਤੇ ਬਹੁਤ ਸੋਹਣਾ ਲੱਗੂ। ਕੈਸਾ ਲੱਗਾ ਅਮਰੀਕਾ ਵਰਗਾ ਇਹ ਦੇਸ਼? ਬਹੁਤ ਸੋਹਣਾ ਹੈ, ਆਪਾਂ ਕਹਿੰਦੇ ਹਾਂ ਜਿਹੜੀ ਵੀ ਇੱਛਾ ਆ ਗੁਰੂ ਘਰ ਖੜੇ ਹਾਂ ਸਾਰਿਆਂ ਦੀ ਪੂਰੀ ਹੋਵੇ ਅਤੇ ਸਾਰੇ ਆਉਣ, ਆਪਣੀਆਂ ਫੈਮਲੀਆਂ ਨੂੰ ਮਿਲਣ ਜਿਨ੍ਹਾਂ ਦੇ ਪੇਪਰ ਇੰਨੇ ਦੇਰ ਦੇ ਭਰੇ ਹੋਏ ਆ, ਖੁੱਲ੍ਹਣ ਸਾਰੇ, ਛੇਤੀ ਤੋਂ ਛੇਤੀ ਆਉਣ। ਲਓ ਜੀ, ਬਾਬੇ ਦੇ ਦੁਆਰੇ ਆ ਕੇ ਇਹ ਅੰਦਰ ਦੀਆਂ ਅਰਦਾਸਾਂ ਹਨ, ਇਹ ਅੰਦਰ ਦੀਆਂ ਔਰਿਜਾਂ ਹਨ ਜਿਹੜੀਆਂ ਅੱਖਰ ਬਣ ਕੇ ਸਾਹਮਣੇ ਆ ਰਹੀਆਂ। ਸੋ ਪੰਜਾਬੀ ਰੇਡੀਓ USA ਦਾ ਇਹ ਜਿਹੜਾ ਬੂਥ ਹੈ, ਇਹ ਆਪ ਸਭ ਦਾ ਵੀ ਬਹੁਤ ਨਿੱਘਾ ਜਿਹਾ ਸਵਾਗਤ ਕਰਦਾ। ਜਦੋਂ ਜਦੋਂ ਆਓ ਸਾਡੇ ਇਸ ਬੂਥ 'ਤੇ ਜ਼ਰੂਰ ਆਉਣਾ, ਔਰ ਜਿੱਦਾਂ ਜਿੱਦਾਂ ਜੀ ਆਉਣਗੇ ਉਹਨਾਂ ਨੂੰ ਅਸੀਂ ਤੁਹਾਡੇ ਤੱਕ ਪਹੁੰਚਦਾ ਕਰਦੇ ਰਹਾਂਗੇ। ਸੋ ਮਸੂਦ ਮੱਲੀ ਵੱਲੋਂ ਹੁਣ ਤੱਕ ਲਈ ਗੁਰਦੁਆਰਾ ਟ੍ਰਿਬਿਊਨਾ ਯੂਨੀਵਰਸਿਟੀ ਤੋਂ ਡਿਜੀਟਲ ਟੀਮ ਦੇ ਨਾਲ ਇੰਨਾ ਹੀ ਮਿਲਣੇ ਆ ਅਗਲੇ ਜੀਆਂ ਦੇ ਨਾਲ, ਬਲਕਿ ਇੱਦਾਂ ਕਹਿਣਾ ਚਾਹੀਦਾ ਪੰਜਾਬੀ ਰੇਡੀਓ USA ਦੇ ਅਗਲੇ ਪਰਿਵਾਰ ਦੇ ਨਾਲ ਛੇਤੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬੀ ਰੇਡੀਓ USA ਦੇ ਬੂਥ ਤੋਂ ਘਾਟ ਨਾਲ ਗੱਲਬਾਤ ਕਰ ਰਹੇ ਹਾਂ। ਸੰਗਤਾਂ ਆ ਰਹੀਆਂ, ਪੰਜਾਬੀ ਰੇਡੀਓ USA ਦੇ ਸਰੋਤੇ ਦਰਸ਼ਕ ਜਿਹੜੇ ਉਹ ਪਹੁੰਚੇ ਨੇ, ਉਹ ਗੱਲਬਾਤ ਕਰਨਾ ਚਾਹੁੰਦੇ ਆ। ਇਸ ਮੌਕੇ ਆਪਣੇ ਨਾਲ ਡੈਨਵਰ ਕਲੋਰਾਡੋ ਤੋਂ, ਆਊਟ ਆਫ ਜਿਹੜੇ ਕੈਲੀਫੋਰਨੀਆ ਤੋਂ ਬਾਹਰੋਂ ਆਏ ਨੇ, ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ। ਮੈਂ ਵੀ, ਨਾਮ ਹੈ ਜੀ ਤੁਹਾਡਾ? ਨਾਮ ਬਲਵਿੰਦਰ ਸਿੰਘ ਗਿੱਲ ਹੈ ਜੀ। ਮੈਂ ਵੀ ਪਹਿਲਾਂ ਕੈਲੀਫੋਰਨੀਆ ਰਹਿੰਦਾ ਸੀਗਾ। ਅੱਛਾ, 17 ਸਾਲ ਮੈਂ ਇੱਥੇ ਕੈਲੀਫੋਰਨੀਆ ਰਿਹਾ। ਕਦੋਂ ਮੂਵ ਹੋਏ ਫਿਰ ਡੈਨਵਰ? ਮੈਂ, ਅਸੀਂ 2004 ਦੇ ਵਿੱਚ ਐਕਚੁਅਲੀ ਆਈਡਾਹੋ ਮੂਵ ਹੋਏ ਸੀਗੇ, ਇੱਥੇ ਹੋਟਲ ਬਿਜ਼ਨਸ ਸੀਗਾ ਸਾਡਾ। ਠੀਕ ਹੈ। ਫਿਰ ਡੈਨਵਰ ਹੋ ਗਿਆ ਮੂਵ 2006 ਦੇ ਵਿੱਚ, ਉੱਥੇ ਡੈਨਵਰ ਦੇ ਵਿੱਚ ਹੀ ਹਾਂ ਜੀ। ਸੋ ਇੱਥੇ ਪਹਿਲਾਂ ਇਹਦਾ ਯੂਬਾ ਸਿਟੀ ਇਲਾਕੇ 'ਚ ਰਹਿੰਦੇ ਸੀ ਜਾਂ ਕਿੱਥੇ ਰਹਿੰਦੇ ਸੀ? ਯੂਬਾ ਸਿਟੀ ਇੱਦਾਂ ਆਏ, ਪਹਿਲਾਂ ਯੂਬਾ ਸਿਟੀ 'ਤੇ ਪੱਕੇ ਕੀਰਤਨ ਪਰ ਅਟੈਂਡ ਕਰਦੇ ਇਹ ਪੱਕੇ ਇੱਥੇ ਹੋਏ ਹਾਂ ਯੂਬਾ ਸਿਟੀ। ਠੀਕ ਹੈ। ਖੱਤਿਆਂ ਦੇ ਜਿਹੜੇ ਉਹ ਚੱਲੇ ਸੀਗਾ, ਫਿਰ ਅਸੀਂ ਰਹਿੰਦੇ ਰਹੇ ਹਾਂ ਐਲਬਨੀ, ਨਗਰ ਕੀਰਤਨ ਸਪੈਸ਼ਲ ਅਟੈਂਡ ਕਰਨ ਦੇ ਲਈ ਪਹੁੰਚੇ? ਹਾਂਜੀ ਹਾਂਜੀ ਹਾਂ, ਸਾਡੀ ਮੇਰੀ ਫੈਮਿਲੀ ਆ US ਸਾਰੇ, ਹੈ ਨਾ। ਹਰ ਸਾਲ ਆਉਂਦੇ ਆ ਜਾਂ ਕੁਛ ਸਾਲਾਂ ਬਾਅਦ ਪਹੁੰਚੇ? ਅਸੀਂ ਜਿਸਲੇ 5 ਸਾਲ ਪਹਿਲਾਂ ਤਕਰੀਬਨ ਆਉਂਦੇ ਰਹਿੰਦੇ ਸੀ, ਹੁਣ ਅਸੀਂ 3 ਸਾਲਾਂ ਬਾਅਦ ਆਏ ਆ, ਹੈ ਨਾ। ਠੀਕ ਆ। ਕੋਵਿਡ ਤੋਂ ਬਾਅਦ ਚ ਆਏ? ਤੋਂ ਬਾਅਦ ਆਏ ਆ। ਕਿੱਦਾਂ ਮਹਿਸੂਸ ਹੋ ਰਿਹਾ ਆ ਹੁਣ? ਹੋ ਰਿਹਾ ਅੱਗੇ ਨਾਲ, ਹੁਣ ਤਾਂ ਗੁਰਦੁਆਰਾ ਸਾਹਿਬ ਦੇਖੋ ਕਿੱਡਾ ਵੱਡਾ ਹੋ ਗਿਆ, ਹੈ ਨਾ, ਫਰਕ ਪੈ ਗਿਆ। ਸੰਗਤ ਅੱਗੇ ਤਾਂ ਜਿਸ ਵੇਲੇ ਅਸੀਂ ਯੂਬਾ ਸਿਟੀ ਆਏ ਸੀਗੇ ਨਵੇਂ, ਉਸ ਵੇਲੇ ਯੂਬਾ ਸਿਟੀ ਦਾ ਬਿਲਡਾ ਹੁੰਦਾ ਸੀਗਾ, ਹੈ ਨਾ। ਹੁਣ ਤਾਂ ਯੂਬਾ ਸਿਟੀ ਦਾ ਪਤਾ ਹੀ ਨਹੀਂ ਲੱਗਦਾ, ਹੈ ਨਾ, ਜਿੱਦਾਂ ਕਾਫੀ ਜ਼ਿਆਦਾ ਸੰਗਤ ਹੋ ਗਿਆ ਆ, ਹੈ ਨਾ। ਜਿੱਦਾਂ ਤੁਸੀਂ ਪੰਜਾਬੀ ਰੇਡੀਓ USA ਦੇ ਪ੍ਰੋਗਰਾਮ ਸਾਰੇ ਸੁਣ, ਮੈਨੂੰ 3 ਸਾਲ ਹੋਏਗਾ, 3-4 ਸਾਲ ਸੁਣਦੇ ਚੰਗਾ ਲੱਗਦਾ, ਬਹੁਤ ਵਧੀਆ ਲੱਗਦਾ ਆ, ਕਿਉਂਕਿ ਤੁਸੀਂ ਨੈਚੁਰਲ, ਹੈ ਨਾ, ਦੱਸਦੇ ਆ ਸਾਰਾ ਕੁਛ, ਜਿੱਦਾਂ ਤੁਹਾਡੀ ਨਿਊਜ਼ ਆ ਆਲਵੇਜ਼ ਤੁਸੀਂ ਟਰੂ ਬੋਲਦੇ ਹੋ, ਹੈ ਨਾ ਤੁਸੀਂ। ਔਰ ਖਾਲਸਾ ਜੀ ਦਾ ਮੈਨੂੰ ਉਹਨਾਂ ਦਾ ਨਾਮ ਮਸੂਦ ਜੀ, ਨਹੀਂ ਦੂਜੇ ਸਰਦਾਰ ਜਿਹੜੇ ਖਾਲਸਾ ਜੀ, ਹਰਜੋਤ ਸਿੰਘ ਖਾਲਸਾ, ਹਰਜੋਤ ਸਿੰਘ ਖਾਲਸਾ ਜੀ, ਤੁਹਾਨੂੰ ਤਕਰੀਬਨ ਤੁਹਾਨੂੰ ਦੋਨਾਂ ਨੂੰ ਮੈਂ ਸੁਣਦਾ ਰਹਿੰਦਾ, ਪ੍ਰਵੀਨ ਸ਼ਰਮਾ ਅਤੇ ਹੋਰ ਜਿੱਦਾਂ ਨਿਊਜ਼ ਕਈ ਤਕਰੀਬਨ ਤੁਹਾਡੀਆਂ ਤਾਂ ਮੈਂ ਖਾਸ ਕਰਕੇ ਤਕਰੀਬਨ ਸੁਣਦਾ, ਕਿਤੇ ਭਾਵਾਂ ਮਿਸ ਕਰਦੇ ਹਾਂ ਬਿਲਕੁਲ, ਹੈ ਨਾ। ਤਕਰੀਬਨ ਤੁਹਾਡੇ ਆਮ ਲੋਕ ਤਕਰੀਬਨ ਇਹ ਸੁਣਦੇ ਆ, ਚਲੋ
ਨਹੀਂ ਬਹੁਤ ਸ਼ੁਕਰੀਆ ਤੇ ਹੋਰ ਉੱਥੇ ਕਿੰਨੇ ਪਰਿਵਾਰ ਨੇ ਡੈਨਵਰ ਚ ਪੰਜਾਬੀ ਡੈਨਵਰ ਚ ਸਾਡਾ ਗੁਰਦੁਆਰਾ ਤਕਰੀਬਨ ਐਡਾ ਹੀ ਆ ਅੱਛਾ ਹਾਂਜੀ ਮੇਰਾ ਖਿਆਲ ਹੈਗੀ ਆ 2000 ਫੈਮਿਲੀ ਹਾਂ ਕਲਰਾਡੋ ਸਪਰਿੰਗ ਦੇ ਵਿੱਚ ਤੇ ਅਸੀਂ ਡੈਨਵਰ ਦੇ ਲਾਗੇ ਰਹਿੰਦੇ ਹਾਂ ਹਨਾ 15 ਕਿਲੋਮੀਟਰ ਆ ਥੋਲਟਨ ਸਿਟੀ ਦੇ ਵਿੱਚ ਠੀਕ ਹੈ ਤਕਰੀਬਨ ਬਹੁਤ ਆ ਹੁਣ ਤਾਂ ਆਪਣੇ ਉੱਧਰ ਜ਼ਿਆਦਾ ਆਪਣੇ ਅੰਮ੍ਰਿਤਸਰ ਗੁਰਦਾਸਪੁਰ ਦੇ ਜ਼ਿਆਦਾ ਸਾਡੇ ਜਲੰਧਰ ਹੁਸ਼ਿਆਰਪੁਰ ਵਾਲੇ ਉਹ ਇੱਥੇ ਇੱਧਰ ਨੂੰ ਜ਼ਿਆਦਾ ਚਲੋ ਕੋਈ ਨੀ ਆਪਣੀ ਆ ਸਾਰੇ ਭੈਣ ਭਾਈ ਸਾਰੇ ਪੰਜਾਬੀ ਆਪਣੀ ਭੈਣ ਭਾਈ ਆ ਚਲੋ ਬਹੁਤ ਵਧੀਆ ਤੇ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਗੁਰਪੁਰਬ ਦੀਆਂ ਥੈਂਕ ਯੂ ਬਹੁਤ ਬਹੁਤ ਤੁਹਾਡਾ ਧੰਨਵਾਦ ਤੁਹਾਨੂੰ ਮਿਲ ਕੇ ਬੜੀ ਖੁਸ਼ੀ ਹੋਈ ਮੈਂ ਦੇਖ ਲਿਆ ਸੀ ਮੈਂ ਕਿਹਾ ਬਈ ਜ਼ਰੂਰ ਮੈਂ ਤਾਂ ਹੀ ਆਇਆ ਸੀ ਅੰਦਰੋਂ ਮੱਥਾ ਟੇਕ ਥੈਂਕ ਯੂ ਬਲਵਿੰਦਰ ਜੀ ਬੜੀ ਮਿਹਰਬਾਨੀ ਥੈਂਕ ਯੂ ਤੁਹਾਡਾ ਬਹੁਤ ਬਹੁਤ ਹੈ ਨਾ ਬਹੁਤ ਸ਼ੁਕਰੀਆ ਸੋ ਇਹ ਗੱਲਬਾਤ ਸਮਾਪਤੀ ਹੈ ਇੱਥੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ